ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਭਾਰਤ ਵਿੱਚ ਲੋਕਡਾਊਨ ਚੱਲ ਰਿਹਾ, ਜਿਸ ਤੋਂ ਬਾਅਦ ਸ਼ਹਿਰਾਂ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਧ ਚੜ੍ਹ ਕੇ ਲੰਗਰ ਲਗਾਏ ਜਾ ਰਹੇ ਨੇ ਅਤੇ ਘਰ ਘਰ ਵਿੱਚ ਜਾ ਕੇ ਰਾਸ਼ਨ ਵੀ ਵੰਡਿਆ ਜਾ ਰਿਹਾ। ਇਸ ਦੇ ਚਲਦਿਆਂ ਪਿੰਡਾਂ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ, ਇਸ ਵੱਲ ਵੀ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ। ਇਸੇ ਨੂੰ ਦੇਖਦੇ ਹੋਏ ਹਲਕਾ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਹਲਕਾ ਫਗਵਾੜਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਪਿੰਡਾਂ ਦੇ ਸਰਪੰਚਾਂ ਪੰਚਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਸਰਦਾਰ ਧਾਲੀਵਾਲ ਨੂੰ ਦੱਸਿਆ ਕਿ ਪਿੰਡਾਂ ਵਿੱਚ ਰੋਜ਼ਾਨਾ ਹੀ ਲੰਗਰ ਤਿਆਰ ਕਰਕੇ ਅਤੇ ਸੁੱਕਾ ਰਾਸ਼ਨ ਜ਼ਰੂਰਤਮੰਦਾਂ ਨੂੰ ਦਿੱਤਾ ਜਾ ਰਿਹਾ। ਇਸ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਰੇ ਹੀ ਪਿੰਡਾਂ ਦੇ ਸਰਪੰਚਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਰਪੰਚ ਆਪਣੇ ਪੰਚਾਇਤੀ ਫੰਡਾਂ ਵਿੱਚੋਂ ਪੈਸੇ ਖਰਚ ਕਰਕੇ ਲੋੜਵੰਦਾਂ ਦੀ ਮਦਦ ਕਰਨ। ਸਰਦਾਰ ਧਾਲੀਵਾਲ ਨੇ ਕਿਹਾ ਕਿ ਹਲਕਾ ਫਗਵਾੜਾ ਦੇ ਵਾਸੀਆਂ ਦੀ ਸੇਵਾ ਲਈ 24 ਘੰਟੇ ਉਹ ਹਾਜ਼ਰ ਨੇ ਅਤੇ ਜੇ ਕਿਸੇ ਵੀ ਜ਼ਰੂਰਤਮੰਦ ਨੂੰ ਕਿਸੇ ਕਿਸਮ ਦੀ ਕੋਈ ਮਦਦ ਦੀ ਲੋੜ ਹੋਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਸਾਰੀ ਦੁਨੀਆ ਵਿੱਚ ਜਿਹੜੇ ਕੋਰੋਨਾ ਦੇ ਖਿਲਾਫ ਬਹੁਤ ਵੱਡੀ ਜੰਗ ਲੜੀ ਜਾ ਰਹੀ ਹੈ, ਉਹਦੇ ਕਿਸੇ ਵੀ ਜੰਗ ਤੋਂ ਮੇਰਾ ਖਿਆਲ ਜਿਹੜੀ ਫਸਟ ਵਰਲਡ ਵਾਰ ਹੋਈ ਸੀ, ਸੈਕਿੰਡ ਵਰਲਡ ਵਾਰ ਉਹ ਤੋਂ ਵੀ ਜਿਹੜੀ ਭਿਆਨਕ ਇਹ ਮਾਰ ਹੈਗੀ ਹੈ। ਸਾਰੀ ਦੁਨੀਆ ਯਾਨੀ ਕਿ ਹਰ ਲੈਵਲ 'ਤੇ ਬੇਸ਼ੱਕ ਵੀ ਪੋਲੀਟੀਕਲ ਲੈਵਲ 'ਤੇ ਹੋਵੇ, ਬੇਸ਼ੱਕ ਵੀ ਉਹ ਐਡਮਿਨਿਸਟ੍ਰੇਟਿਵ ਲੈਵਲ 'ਤੇ ਹੋਵੇ ਜਾਂ ਸਮਾਜਿਕ ਲੈਵਲ 'ਤੇ ਹੋਵੇ ਜਾਂ ਹੋਰ ਕੋਈ ਜਿਹੜੀ ਸੰਸਥਾਵਾਂ ਵੱਲੋਂ ਹੈਗੇ, ਸਾਰਿਆਂ ਤੋਂ ਜੰਗੀ ਪੱਧਰ 'ਤੇ ਆਪੋ ਆਪਣੇ ਲੈਵਲ 'ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਸਾਡੇ ਇਲਾਕੇ ਵਿੱਚ ਵੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਬਹੁਤ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ ਸਮੇਂ ਸਿਰ ਜਦੋਂ ਵੀ ਕਿਸੇ ਸਮੇਂ ਜ਼ਰੂਰਤ ਪਈ ਆ ਉਸੇ ਟਾਈਮ ਜਿਹੜੇ ਸਟੈਪ ਚੱਕੇ ਹੈਗੇ ਤਾਂ ਜੋ ਜਿਹੜਾ ਕੋਰੋਨਾ ਦਾ ਜਿਹੜਾ ਬਿਮਾਰੀ ਦਾ ਫਲਾਅ ਹੈਗਾ ਉਹ ਲੋਕਾਂ ਵਿੱਚ ਨਾ ਵਧੇ। ਇਸੇ ਕਰਕੇ ਜਿੱਥੇ ਪਿਛਲੇ 22 ਤਰੀਕ ਤੋਂ ਲੋਕ ਜਿਹੜਾ ਇਸ ਫਾਈਟ ਵਿੱਚ ਸਹਿਯੋਗ ਦੇ ਰਹੇ ਨੇ, ਸਹੀ ਵਰਤ ਰਹੇ ਨੇ, ਉਹ ਆਪਾਂ ਆਪਣੇ ਘਰਾਂ ਵਿੱਚ ਰਹਿ ਰਹੇ ਹੈਗੇ ਨੇ, ਉਸੇ ਕੜੀ ਵਿੱਚ ਸਾਰੇ ਹੀ ਸਾਡੇ ਇਲਾਕੇ ਵਿੱਚ ਜਿਵੇਂ ਜਿਸ ਤਰ੍ਹਾਂ ਆਪਾਂ ਜਾਣਦੇ ਕਿ ਇਸ ਸਮੇਂ ਵਿੱਚ ਜਿਹੜਾ ਹੈਗਾ ਕੋਈ ਮਜ਼ਦੂਰ ਹੈਗਾ, ਕੋਈ ਦਿਹਾੜੀਦਾਰ ਹੈਗਾ ਜਾਂ ਕੋਈ ਹੋਰ ਜਿਹੜੇ ਗਰੀਬ ਆਦਮੀ ਹੈਗੇ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਜਿੱਥੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਭੁੱਖਾ ਨਾ ਰਹੇ। ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ, ਵੱਖ ਵੱਖ ਸੰਸਥਾਵਾਂ ਵੱਲੋਂ, ਉਹਦੇ ਵਿੱਚ ਰਾਜਨੀਤਿਕ ਹੈਗੀਆਂ, ਧਾਰਮਿਕ ਹੈਗੀਆਂ, ਪਲਸ ਨਾਲ ਹੀ NGOs ਜਿਹੜੀਆਂ ਹੈਗੀਆਂ ਉਹ ਆਪਣੇ ਪੱਧਰ 'ਤੇ ਜਿਹੜੇ ਹੈਗੇ ਸੇਵਾ ਕਰ ਰਹੇ ਹਨ, ਕੋਈ ਲੰਗਰ ਦੀ ਸੇਵਾ ਕਰ ਰਿਹਾ, ਕੋਈ ਰਾਸ਼ਨ ਵੰਡਣ ਦੀ ਸੇਵਾ ਕਰ ਰਿਹਾ। ਤੋ ਸਾਰਿਆਂ ਦਾ ਮਤਲਬ ਇਹੀ ਹੈ ਕਿ ਦੁੱਖ ਦੀ ਘੜੀ ਵਿੱਚ ਅਸੀਂ ਇੱਕ ਦੂਜੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲੇ। ਇਸੇ ਘੜੀ ਵਿੱਚ ਅਸੀਂ, ਮੈਂ ਵੀ ਸਾਰੇ ਕਾਫੀ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ, ਲਗਭਗ ਅਸੀਂ ਸਾਰੇ ਪਿੰਡਾਂ ਵਿੱਚ ਉੱਥੇ ਕਵਰ ਕਰ ਲਏ ਹੈਗੇ। ਉਹਦੇ ਵਿੱਚ ਜਿਹੜਾ ਵੇਖਣ 'ਤੇ ਆਇਆ ਕਿ ਪਿੰਡਾਂ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਉਹ ਵੀ ਆਪਣੇ ਪੱਧਰ 'ਤੇ ਜਿਹੜੀਆਂ ਹੈਗੀਆਂ ਬਹੁਤ ਚੰਗੀ ਪੱਧਰ 'ਤੇ ਜਿਹੜੀ ਕਾਰਵਾਈ ਕਰ ਰਹੀਆਂ, ਜਿੱਥੇ ਕਈ ਪਿੰਡਾਂ ਵਿੱਚ ਲੰਗਰ ਵਿਵਸਥਾ ਹੈਗੀ ਉੱਥੇ ਰਾਸ਼ਨ ਵੰਡ ਰਹੇ, ਉਹ ਸਾਰੇ ਵੱਲੋਂ ਸ਼ੋਰ ਕੀਤਾ ਜਾ ਰਿਹਾ ਕਿ ਕਿਸੇ ਪ੍ਰਕਾਰ ਦੀ ਕਿਸੇ ਵੀ ਵਿਅਕਤੀ ਨੂੰ, ਕਿਸੇ ਪਰਿਵਾਰ ਨੂੰ, ਕਿਸੇ ਵੀ ਕੋਈ ਜਿਹੜਾ ਗਰੀਬ ਗੁਰਬਾ ਹੈਗਾ ਉਹਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਨਵੀਆਂ ਅਤੇ ਤਾਜ਼ਾਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।